ਪੰਜਾਬ ਪੁਲਿਸ ਅਤੇ ਪੰਜਾਬ ਦੀ ਸਿਆਸਤ ਨੂੰ ਲਗਾਤਾਰ ਚੈਲੰਜ ਕਰ ਰਹੇ ਗੈਂਗਸਟਰਾਂ ਨੇ ਇਸ ਵਾਰ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਤਮਕੀਆਂ ਦਿੱਤੀਆਂ ਨੇ ਸਾਡੇ ਨਾਲ ਨੇ ਚੀਮਾ ਚੀਮਾ ਸਾਹਿਬ ਕੀ ਹੋਇਆ ਹੈ ਮਸਲਾ ਕੀ ਹੈ ਇਹ ਮਸਲਾ ਮੇਰੇ ਆਪਣੇ ਪਿੰਡ ਜੱਦੀ ਪਿੰਡ ਦੇ ਮੁੰਡੇ ਦੋ ਨੌਜਵਾਨ ਆ ਦੋਨੋਂ ਭਰਾ ਆ ਕਾਫੀ ਟਾਈਮ ਤੋਂ ਉਹਨਾਂ ਤੇ ਕਈ ਕੇਸ ਆਪਣੇ ਪੰਜਾਬ ਦੇ ਵਿੱਚ ਆਊਟ ਆਫ ਪੰਜਾਬ ਵੀ ਕਾਫੀ ਦਰਜ ਹੋਏ ਕਈਆਂ ਤੋਂ ਸਜ਼ਾ ਹੋ ਗਈ ਕਈਆਂ ਤੋਂ ਬਰੀ ਹੋ ਗਏ ਮੇਰੇ ਖਲ ਪਿੱਛੇ ਜਾ ਕੇ ਫੜੇ ਗਿਆ ਸੀ ਜਦੋਂ ਜਮਸ਼ੇਰ ਮੁਕਾਬਲਾ ਹੋਇਆ ਸੀ ਉਸ ਤੋਂ ਬਾਅਦ ਹੁਣ ਜਿਹੜਾ ਹੋਇਆ ਏ ਜੁਪੀ ਦੇ ਵਿੱਚ ਤੁਹਾਨੂੰ ਯਾਦ ਹੋਣਾ 1.5-2 ਮਹੀਨੇ ਪਹਿਲਾਂ ਅਸਲਾ ਫੜਾਇਆ ਗਿਆ ਸੀ ਕਾਫੀ ਜੇ ਚੇਨਾ ਮੁੰਡਿਆਂ ਦੀ ਫੋਟੋ ਵੀ ਆਈ ਸੀ ਭੱਜ ਗਏ ਸੀ ਇਹ ਉਹਦੇ ਤੋਂ ਬਾਅਦ ਜਦੋਂ ਪੁਲਿਸ ਨੇ ਜਦੋਂ ਅਸਲਾ ਇੰਨਾ ਫੜਾਇਆ ਜਾਣਾ ਪੁਲਿਸ ਨੇ ਫਿਰ ਘਰ ਰੇਡ ਕੀਤੀ ਇਹਨਾਂ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਪੇਰੈਂਟ ਸੀਗੇ ਉਹ ਘਰੋਂ ਭੱਜ ਗਏ ਤੇ ਹੁਣ ਪਿੱਛੇ ਥੋੜੇ ਦਿਨਾਂ ਦੀ ਗੱਲ ਆ ਇਹ ਪਿੰਡ ਆਏ ਪਿੰਡ ਆ ਕੇ 1 ਘੰਟਾ ਪੂਰਾ ਇਹਨਾਂ ਨੇ ਜਿਹਨੂੰ ਕਹਿੰਦੇ ਨਾ ਵੀ ਨੰਗਾ ਨਾਚ ਜਿਹੜਾ ਕੀਤਾ ਸਕੂਲ ਦੀ ਗਰਾਊਂਡ 'ਚ ਗਿਆ ਉੱਥੇ ਮੁੰਡਿਆਂ ਨੂੰ ਭਜਾਇਆ ਫਿਰ ਉਤਵਾਦ ਕਰਿਆਨੇ ਵਾਲੇ ਮੁੰਡੇ ਦੇ ਕਿਹਾ ਲੀਕਾਂ ਨੱਕ ਨਾਲ ਉਹਨੂੰ ਵਿਚਾਰੇ ਨੂੰ ਬਹੁਤ ਥ੍ਰੈਟ ਕੀਤਾ ਦੁੱਧ ਵਾਲੇ ਸੈਂਟਰ ਤੇ ਜਿਹੜੇ ਬਜ਼ੁਰਗ ਸੀ ਦੁੱਧ ਪਾਉਣ ਗਏ ਕੋਈ ਘਰੇ ਉਹ ਵੀ ਬੰਦ ਕਰਾਇਆ ਇੱਕ ਮੈਡੀਕਲ ਸਟੋਰ ਦੁਕਾਨ ਆ ਡਾਕਟਰ ਦੀ ਉਹਨੂੰ ਕਹਿੰਦੇ ਤਿੰਨ ਘੰਟੇ ਆ ਜੇ ਤਿੰਨ ਘੰਟਿਆਂ ਤੱਕ ਤੂੰ ਆਪਣੇ ਦੁਕਾਨ ਬੰਦ ਨਾ ਕੀਤੀ ਤੈਨੂੰ ਗੋਲੀ ਮਾਰ ਦੇਣੀ ਉਹ ਭੱਜ ਗਿਆ ਫਿਰ ਇਹਨਾਂ ਦੇ ਇੱਕ ਤੇ ਫਾਦਰ ਨੇ ਮਰਖਲ ਇੱਕ ਕਿਲਾ ਜ਼ਮੀਨ ਦਾ ਇਦਾਂ ਕੋਈ ਹੋਈ ਉਹਨੂੰ ਕਿਹਾ ਤੂੰ ਮੰਨਣਾ ਨਹੀਂ ਯਰ ਮੇਰਾ ਇਹ ਵੀ ਹੋਲੀ ਜਦਾਂ ਵੀ ਸਾਡੇ ਮਾਪਿਆਂ ਨੂੰ ਘਰੋਂ ਭਜਾਇਆ ਸਾਡੀ ਸਪੋਰਟ ਨਹੀਂ ਕੀਤੀ ਮਤਲਬ ਇਹੋ ਜਿਹੀਆਂ ਗੱਲਾਂ ਪਹਿਲਾਂ ਤਾਂ ਪਿੰਡ ਵਾਲੇ ਡਰਦੇ ਵਿਚਾਰੇ ਬੋਲੇ ਨਹੀਂ ਜਦੋਂ ਇਹ ਘਟਨਾ ਹੋਈ ਸਾਰੀ ਉਦੋਂ ਬਾਅਦ ਪੁਲਿਸ ਕਦੇ ਕੁਦਰਤੀ ਨੰਗਰੀ ਸੀ ਉੱਥੋਂ ਵੀ ਬੰਦੇ ਇਕੱਠੇ ਹੋਏ ਪਰ ਉਹ ਲੋਕ ਡਰਦੇ ਬਹੁਤ ਆ ਵੀ ਜਿਹੜੇ ਲੋਕ ਇਹ ਆ ਕੇ ਕਰ ਸਕਦੇ ਅੱਗੇ ਵੀ ਦੋ ਤਿੰਨ ਵਾਰੀ ਚਾਂਸ ਹੋਏ ਕਿਸੇ ਨੂੰ ਲੱਭਦੇ ਗਏ ਜਾਂ ਕੀ ਹੋਇਆ ਉਹ ਗੱਲ ਹੌਲੀ ਹੌਲੀ ਨਿਕਲਦੀ ਨਿਕਲਦੀ ਜਦੋਂ ਮੈਂ ਡੀਜੀਪੀ ਸਾਹਿਬ ਨੂੰ ਮਿਲਿਆ ਇਸ ਕੇਸ ਲਈ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਨੂੰ ਵੀ ਤਾਂ ਥ੍ਰੈਟ ਕਰਕੇ ਗਏ ਆ ਉਹ ਮੈਂ ਤੇ ਡੀਜੀਪੀ ਸਾਹਮਣੇ ਮਿਲਿਆ ਕਿਹਾ ਵੀ ਮੇਰੇ ਪਿੰਡ ਚ ਇਦਾਂ ਆਏ ਆ ਔਰ ਇੱਕ ਘੰਟਾ ਉਹਨਾਂ ਨੇ ਆ ਕੀਤਾ ਆ ਭਾਂ ਇੰਟੈਲੀਜੈਂਸ ਹੋ ਲਾ ਕੇ ਮਗਰੋਂ ਕੰਮ ਖਤਮ ਕਰੀਏ ਉਹਨੂੰ ਨਾ ਜਿਹੜਾ ਪਿੰਡ ਚ ਦਹਿਸ਼ਤ ਦਾ ਮਾਹੌਲ ਬਣਿਆ ਉਹਨੂੰ ਆਪਾਂ ਠੀਕ ਕਰੀਏ ਉਸ ਤੋਂ ਬਾਅਦ ਨਾਕੇ ਵੀ ਪਿੰਡ ਦੇ ਆਸੇ ਪਾਸੇ ਚੱਲਦੇ ਲਗਾਤਾਰ ਔਰ ਬਾਅਦ ਚ ਪਿੰਡ ਵਾਲੇ ਮੇਰੇ ਕੋਲ 8-10 ਦਿਨ ਪਹਿਲਾਂ ਆਏ ਕਹਿੰਦੇ ਥੋੜਾ ਤੁਸੀਂ ਵੀ ਖਿਆਲ ਰੱਖਿਆ ਕਰੋ ਮੈਨੂੰ ਨਹੀਂ ਸਮਝ ਲੱਗੀ ਵੀ ਕਿਉਂ ਫਿਰ ਉਹ ਦੱਸਿਆ ਜਦਾਂ ਵੀ ਉਹ ਥ੍ਰੈਟ ਕਰਕੇ ਗਿਆ ਵੀ ਐਮਐਲਏ ਨੇ ਸਾਡੀ ਮਦਦ ਨਹੀਂ ਕੀਤੀ ਮੇਰੇ ਸਾਡੇ ਮਾਪਿਓ ਘਰੋਂ ਭਜਾਏ ਆ ਤੁਹਾ ਮਗਾ ਵੀ ਇੱਕ ਅਸਲਾ ਫੜਾ ਜਾਣਾ ਜਾਂ ਇਹੋ ਜਿਹਾ ਕੰਮ ਕਰਨੇ ਤੇ ਸਰਕਾਰ ਤੇ ਐਮਐਲਏ ਕਿਉਂ ਮਦਦ ਕਰੂਗਾ ਮੁੱਖ ਤਾਰਾ ਸ਼ਾਮਲ ਹੋਵੋ ਜਿੰਨੀ ਵੀ ਤੁਹਾਡੀ ਪੁਆਇੰਟ ਤੇ ਕਰ ਸਕਦੇ ਹੋ ਕਰਾਂਗੇ ਜਰੂਰ ਵੀ ਇਹ ਸਾਰਾ ਛੱਡ ਕੇ ਤੁਸੀਂ ਆਮ ਜ਼ਿੰਦਗੀ ਜਿਹੜੀ ਜਿਓ ਤੁਹਾਨੂੰ ਤੁਹਾਡੇ ਬਾਰੇ ਕੀ ਦੱਸਿਆ ਲੋਕਾਂ ਨੇ ਕਿ ਕਿਉਂ ਕਿਉਂਕਿ ਤੁਸੀਂ ਮਦਦ ਨਹੀਂ ਕੀਤੀ ਇਸ ਕਰਕੇ ਵੀ ਸਾਡੇ ਮਾਂ ਪਿਓ ਨੂੰ ਘਰੋਂ ਭਜਾਇਆ ਸਰਕਾਰ ਸਾਡੀ ਐਮਐਲਏ ਪਿੰਡ ਦਾ ਪਿੰਡ ਦੇ ਐਮਐਲਏ ਹੋਣ ਕਰਕੇ ਇਹ ਜਿਹੜਾ ਫਲ ਮਿਲ ਰਿਹਾ ਤੁਸੀਂ ਉਹਨਾਂ ਦੋਨਾਂ ਨੂੰ ਜਾਣਦੇ ਹੋ ਪਰਸਨਲੀ ਜਾਂ ਕਦੇ ਮਿਲੇ ਕਦੀ ਕੋਈ ਮੁਲਾਕਾਤ ਹੈ ਕੋਈ ਯਾਦ ਹੈ ਇਹ ਨਾ ਐਕਚੁਅਲੀ ਜਿਹੜੇ ਇਹਦੇ ਪੇਰੈਂਟ ਸੀ ਇਹ ਜਲੰਧਰ ਰਹਿੰਦੇ ਰੈ ਲਦਰ ਕੰਪਲੈਕਸ ਸੀ ਕੰਮ ਕਰਦੇ ਉੱਥੇ ਹੀ ਪੜੇ ਲਿਖੇ ਆ ਪਿੰਡ 'ਚ ਬਹੁਤ ਘੱਟ ਆਉਣਾ ਜਾਣਾ ਇਹਦੇ ਮਾਪੇ ਉਹਨੂੰ ਤਾਂ ਮੈਂ ਜਾਣਦਾ ਮਾਪੇ ਤਾਂ ਕਈ ਵਾਰੀ ਪਿੰਡ 'ਚ ਰਹਿੰਦੇ ਹੁਣ ਆ ਗਏ ਸੀ ਪਿੱਛੇ ਕਾਫੀ ਸਮੇਂ ਤੋਂ ਮਿਲਦੇ ਪਿੰਡ ਦੇ ਕੋਈ ਫੰਕਸ਼ਨ ਤੇ ਮਿਲਣਾ ਜਾਂ ਕਰਨਾ ਇੰਨੀ ਕੀ ਜਾਣਕਾਰੀ ਜਾਂ ਇਹਨਾਂ ਮੁੰਡਿਆਂ ਨੂੰ ਤੇ ਜਿਹੜੇ ਰਹਿ ਬਾਹਰ ਸੀਗੇ ਕੋਈ ਨਹੀਂ ਹੈ ਨਹੀਂ ਸੀਗੀ ਵੀ ਪਤਾ ਨਹੀਂ ਮਿਲਿਆ ਕਿ ਨਹੀਂ ਮਿਲਿਆ ਕਦੀ ਮੇਰੇ ਦਿਮਾਗ 'ਚ ਨਹੀਂ ਇਹ ਗੱਲ ਕਿੰਨੀ ਉਮਰ ਦੇ ਹੋਣਗੇ ਤੁਹਾਨੂੰ ਇਹ ਮੇਰੇ 20 22 ਸਾਲ ਦੇ ਹੋਣੇ ਆ ਦੋਨੋਂ ਕੇਸ ਕੇਸ ਕਿਸ ਕਿਸ ਤਰ੍ਹਾਂ ਦੇ ਨੇ ਨਾ ਤਾਂ ਕੀ ਕੀ ਤਰ੍ਹਾਂ ਆਵਦੇ ਵੇ ਤੁਸੀਂ ਪਲੇ ਸਟੇਸ਼ਨ ਤੋਂ ਪਤਾ ਕਰ ਲਿਓ ਮੇਰੇ ਖਿਆਲ ਕੋਈ ਲੁੱਟ ਖੋਹ ਦੇ ਕੋਈ ਕਿਸੇ ਤਰ੍ਹਾਂ ਦੇ ਕਾਫੀ ਤਰ੍ਹਾਂਾਂ ਦੇ ਕੇਸ ਆ ਹੁਣ ਪੁਲਿਸ ਨੂੰ ਤੁਸੀਂ ਸ਼ਾਇਦ ਕੈਪਟਨ ਸਾਹਿਬ ਨੂੰ ਵੀ ਇਹ ਗੱਲ ਦੱਸੀ ਹੈ ਹਾਂਜੀ ਕੈਪਟਨ ਸਾਹਿਬ ਨੂੰ ਦੱਸੀ ਸੀ ਉਹਦਾਂ 26 ਤਰੀਕ ਨੂੰ ਆਏ ਸੀ ਮੈਂ ਕਿਹਾ ਜੀ ਆ ਮੇਰੇ ਪਿੰਡ ਚ ਚਾਂਸ ਹੋਇਆ ਹੋਇਆ ਉਹਨਾਂ ਨੇ ਅ ਐਸਐਸਪੀ ਤੇ ਆਈ ਸਾਹਿਬ ਡਿਊਟੀ ਲਈ ਆ ਮੈਨੂੰ ਕੇਸ ਨੂੰ ਜਿਹੜਾ ਪੈਰ ਵੇ ਕਰੋ ਇਹਦੀ ਹੁਣ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਇਹ ਜਿਹੜਾ ਮੇਨ ਸਟ੍ਰੀਮ ਹੈ ਜਦੋਂ ਕਪਟਨ ਦੀ ਸਰਕਾਰ ਆਈ ਸੀ ਤੇ ਉਸ ਵੇਲੇ ਇਲੈਕਸ਼ਨ ਦੇ ਦੌਰਾਨ ਗੈਂਗਸਟਰ ਵੀ ਇੱਕ ਵੱਡਾ ਇਸ਼ੂ ਸੀ ਇੱਕ ਦੋ ਵੱਡੇ ਐਨਕਾਊਂਟਰ ਵੀ ਪੁਲਿਸ ਨੇ ਕੀਤੇ ਉਸ ਤੋਂ ਬਾਅਦ ਥੋੜਾ ਠੰਡਾ ਹੋ ਗਿਆ ਸੀ ਪਰ ਫਿਰ ਉਹ ਦਿਲਪ੍ਰੀਤ ਬਾਬਾ ਤੇ ਇੱਕ ਦੋ ਹੋਰ ਇਦਾਂ ਦੇ ਕੇਸ ਮਤਲਬ ਕਿਉਂ ਨਹੀਂ ਗੈਂਗਸਟਰ ਕਾਬੂ ਆ ਰਹੇ ਸਰਕਾਰ ਦੇ ਇਹ ਦੇਖੋ ਪਿਛਲੇ 10 ਸਾਲ ਤੋਂ ਇਹਨਾਂ ਦਾ ਤੇ ਨੈਕਸਸ ਜਿਹੜਾ ਜੇਲ੍ਹ ਦੇ ਵਿੱਚ ਸੀ ਨਾ ਉਹ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਜੇਲ੍ਹ 'ਚ ਬੈਠ ਕੇ ਹੀ ਮਰਡਰ ਕਰਵਾਉਂਦੇ ਸੀ ਕਿਡਨਾਪਿੰਗ ਔਰ ਹੋਰ ਕਈ ਤਰ੍ਹਾਂ ਦੀਆਂ ਵਾਰਦਾਤਾਂ ਕਰਦੇ ਸੀ ਪਰ ਉਹ ਜਿਹੜਾ 10 ਸਾਲ ਦਾ ਇੱਕ ਚੀਜ਼ ਜਿਹੜੀ ਆਪਸ ਵਿੱਚ ਗ੍ਰਿਪ ਜਿਹੜੀ ਹੋਈ ਹੈ ਉਹਨੂੰ ਤੋੜਨ ਲਈ ਸਮਾਂ ਤਾਂ ਲੱਗਣਾ ਤੋੜਿਆ ਕਾਫੀ ਸਾਡੀ ਗਵਰਨਮੈਂਟ ਨੇ ਪਿੱਛੇ ਆ ਹੁਣ ਫਿਰ ਇਸ ਚੀਜ਼ ਤੇ ਚੱਲ ਰਿਹਾ ਕੰਮ ਹੁਣ ਇਹਨੂੰ ਖਤਮ ਮੇਰੇ ਖਿਆਲ ਛੇਤੀ सीएम साहब ਦੇ ਨੌਲੇਜ ਦੇ ਵਿੱਚ ਆ ਵੀ 663 ਇਸ ਜੀ ਤੇ ਟਾਸਕ ਫੋਰਸ ਬਣਾ ਕੇ ਇਹ ਜ਼ਿਲਾਂ ਦੇ ਵਿੱਚੋਂ ਇਹਨੂੰ ਖਤਮ ਕਰਨ ਦੀ ਲੋੜ ਹਾਂ ਜਿਹੜੇ ਜੇਲ ਮੰਤਰੀ ਨੇ ਉਹ ਲਗਾਤਾਰ ਐਕਸ਼ਨ ਵੀ ਕਰ ਰਹੇ ਨੇ ਪਰ ਕੱਲ ਪਰਸੋ ਵੀ ਇੱਕ ਵੀਡੀਓ ਆ ਉਹਦੇ ਚ ਉਹ ਜਿਹੜਾ ਵੀਡੀਓ ਵਾਲਾ ਹੈ ਜਿਨੇ ਵੀਡੀਓ ਬਣਾਈ ਹੈ ਉਹ ਸਿੱਧਾ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲ ਰਿਹਾ ਹਾਂ ਬਿਲਕੁਲ ਸੀਐਮ ਸਾਹਿਬ ਨੂੰ ਥ੍ਰੈਟ ਕਰ ਰਿਹਾ ਔਰ ਸਾਡੇ ਜੇਲ ਮੰਤਰੀ ਡੀਜੀਪੀ ਨੂੰ ਥ੍ਰੈਟ ਕਰ ਰਿਹਾ ਹੈ ਇਹ ਲੋਕ ਤੋਂ ਇਸ ਕਰਕੇ ਇਹ ਸਿਸਟਮ ਜਿਹੜਾ ਨਾ ਜਦੋਂ ਆਪਾਂ ਕੇ ਸਿਸਟਮ ਨੂੰ ਪਕੜ ਕਰਦੇ ਆਂ ਉਦੋਂ ਫਿਰ ਇਹ ਜਿਹੜਾ ਚੀਜ਼ਾਂ ਉੱਭਰ ਕੇ ਕਈ ਵਾਰੀ ਤਾਂ ਸਾਹਮਣੇ ਆਉਂਦੀਆਂ ਵੀ ਹੁਣੇ ਖਾਤਮਾ ਹੋ ਰਿਹਾ ਇਸ ਚੀਜ਼ ਦਾ ਤਾਂ ਆਖਰੀ ਜਿਹੜਾ ਨਹੀਂ ਹੁੰਦਾ ਉਹ ਚੀਜ਼ ਸਾਹਮਣੇ ਆਉਂਦੀ ਹੈ। ਬੁਲਬੁਲਾ ਜਿਹੜਾ ਹੈ ਉਹ ਆ ਗਿਆ। ਹੁਣ ਉਹਦਾ ਜਿਹੜਾ ਪਰਿਵਾਰ ਹੈ ਉਹ ਪਿੰਡ 'ਚ ਰਹਿੰਦਾ ਜਾਂ ਕਿੱਥੇ ਰਹਿੰਦਾ? ਨਹੀਂ ਪਤਾ ਨਹੀਂ ਕਿੱਥੇ ਰਹਿੰਦਾ ਘਰ ਲੋਕ ਲੱਗੇ ਆ ਉਹ ਉਸ ਤੋਂ ਬਾਅਦ ਕਿ ਨਹੀਂ ਇੱਥੇ ਪਿੰਡ 'ਚ ਆਏ। ਤੁਹਾਨੂੰ ਕੀ ਲੱਗਦਾ ਹੈ ਕਿ ਹੋਰ ਸਿਕਿਉਰਿਟੀ ਦੀ ਜ਼ਰੂਰਤ ਹੈ ਇਸ ਟਾਈਮ ਤੁਹਾਡੇ ਕੋ ਕਿੰਨੀ ਸਿਕਿਉਰਿਟੀ ਹੋਰ ਜ਼ਿਆਦਾ ਜ਼ਰੂਰਤ ਹੈ ਨਹੀਂ ਸਿਕਿਉਰਿਟੀ ਤੇ ਠੀਕ ਹੈ ਮੇਰੇ ਕੋ ਕੋਈ ਸਿਕਿਉਰਿਟੀ ਜਿੰਨੀ ਮਰਜ਼ੀ ਰੱਖ ਲਓ ਜਿਹੜਾ ਬੰਦਾ ਨੇ ਧਾਰ ਹੀ ਲਿਆ ਜਿਹੜੇ ਬੰਦੇ ਨੇ ਸੋਚਿਆ ਵੀ ਮੈਂ ਮਰਨਾ ਤਾਂ ਕੀ ਕਰ ਲਵਾਂਗੇ ਉੱਤੇ ਨਹੀਂ ਪਰ ਉਹ ਆਪਣੇ احتیاط ਤਾਂ ਹੁੰਦਾ ਹੀ ਹੈ ਹਾਂ ਨਹੀਂ ਉਹ احتیاط ਤੇ گورنمنٹ ਨੇ ਪੂਰਾ ਕੀਤਾ ਉਹ ਨਹੀਂ ਬਸ ਇਹ ਆ ਵੀ ਇਹਨਾਂ ਤੇ ਜਿਹੜਾ ਇਸ ਬੰਦੇ ਇੰਟੈਲੀਜੈਂਸ ਔਰ ਪੁਲਿਸ ਨੂੰ ਧਿਆਨ ਕਰਨਾ ਪੈਣਾ ਅੱਛਾ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦੋਨਾਂ ਨੂੰ ਮੇਨ ਸਟ੍ਰੀਮ 'ਚ ਆਉਣਾ ਚਾਹੀਦਾ ਹੈ ਤੇ ਅਗਰ ਉਹ ਮੇਨ ਸਟ੍ਰ ਪੇਸ਼ ਹੋਗੇ ਜਿਹੜੇ ਉਹਨਾਂ ਦੇ ਕੇਸ ਆ ਉਹ ਗਵਰਨਮੈਂਟ ਜਿਹੜਾ ਉਹ ਦੇਖੂਗੀ ਵੀ ਕੀ ਕੀ ਉਹਨਾਂ ਤੇ ਕੇਸ ਬੰਦੇ ਆ ਔਰ ਮੇਨਸਟ੍ਰੀਮ ਚ ਆਉਣ ਲੱਗੇ ਆਉਣ ਦਾ ਉਹਨਾਂ ਨੂੰ ਕੀ ਬੈਨੀਫਿਟ ਮਿਲਦਾ ਔਰ ਸਹੀ ਜ਼ਿੰਦਗੀ ਆਪਣੇ ਮਾਪਿਆਂ ਦੇ ਨਾਲ ਉਹ ਕਟਣ ਉਹ ਆਪਣੀ ਜਿਹੜੀ ਲਾਈਫ ਆ ਉਹ ਖਰਾਬ ਨਾ ਕਰਨ ਇਦਾਂ ਇਹਨਾਂ ਕਿਸੇ ਦੇ ਮਗਰ ਲੱਗ ਕੇ ਜਾਂ ਇਹਨਾਂ ਕੰਮਾਂ ਦੇ ਵਿੱਚ ਐਸਾ ਨਵਤੇਜ ਸਿੰਘ ਸੀ ਮਾ ਇਹਨਾਂ ਦਾ ਕਹਿਣਾ ਹੈ ਕਿ ਉਹ ਜਿਹੜੇ ਦੋਨੋਂ ਮੁੰਡੇ ਆ ਉਹ ਬਹੁਤ 22 ਸਾਲ ਦੇ ਹੀ ਆ ਤੇ ਅਗਰ ਉਹ ਮੇਨਸਟ੍ਰੀਮ ਚ ਆਉਣਾ ਚਾਹੁੰਦੇ ਤਾਂ ਸਰੈਂਡਰ ਕਰਨ ਤੇ ਆਪਣੇ ਪਰਿਵਾਰ ਨਾਲ ਵਧੀਆ ਜ਼ਿੰਦਗੀ ਜੀ ਸਕਦੇ ਆ ਕੈਮਰਾ ਪਰਸਨ ਸਮੇਤ ਮਾਨਨ ਨਾਲ Imran Khan News ਸੁਲਤਾਨ ਬਲਬੋਦੀ